कल एक वीर मिले मैनू, वो मैनू कहिंदा साडे पिंडां दे दो तीन तीन ग्रंथी मिलदे आ, असीं पाठ करदे आ। मैं कहा फिर कहिंदे पाठी तुहाडे बहुत विरुद्ध ने ग्रंथी पिंडां दे। मैं कहा क्यों विरुद्ध ने? वो कहिंदे अगे सानू सत्कार करदे सी लोग, बाबा जी कह के करदे सी सत्कार साडा, ते हुण ढडरियां वाले करके कहिंदे साडा सत्कार घट गया पिंडां च, लोकी सानू पुजारी कहिंदे। मैनू मुंडा कहिंदा वी मैं ते इत्थे आउंदा, मैं प्यार करदा, मैनू इदां सवाल करदे ने, मैं उहदा जवाब की दियां। मैं कहा तूं पुछी उहनां नूं वी ढडरियां वाले नूं पहलां की कहिंदे सी, बोलो। संत बाबा इदां ही बोलदे सी, बाबा जी महापुरश ब्रह्म ज्ञानी ते वहिंदे सी कहिंदे, चलो संत बाबा ते कहिंदे ही सी, कहिंदे ही सारे। पर हुण की कहिंदे भाई साहब? पहला मैं कितने बहिंदा सी कुर्सी ते, लोग कितने बहिंदे सी थल्ले, ते हुण आपां जदों मिलदे आ आ ते कीर्तन करके बैठते हैं, सारे ही बैठते हैं, पर आपां जदों मिलदे आ उदों आपां कितने बैठते हैं? बराबर। आपां की बन गए? भाई, भाई मतलब भरा। ते मैं कहा जे मैं बन सकदा ते पिंडां वालिआं दे मौत पैंदी है बाबिआं तों भाई बन लगे बन जाण। ਜਿਹੜੇ ਕਹਿੰਦੇ ਨੇ ਸਾਡਾ ਸਤਿਕਾਰ ਨਹੀਂ ਹੁੰਦਾ, ਕਿਉਂ ਨਹੀਂ ਹੁੰਦਾ? ਹੁਣ ਵੀ ਅਗਲਾ ਸਤਿਕਾਰ ਭਰਾ ਸਮਝ ਕੇ ਕਰਦਾ, ਹੁਣ ਵੀ ਅਗਲਾ ਕਹਿੰਦਾ ਹੀ ਆ ਵੀ ਠੀਕ ਹੈ ਜੀ, ਧੰਨਵਾਦ ਜੀ, ਅਸੀਂ ਸਾਡੀ ਜ਼ਿੰਦਗੀ 'ਚ ਚੇਂਜ ਆਉਂਦੀ ਹੈ, ਤੁਹਾਡੀਆਂ ਗੱਲਾਂ ਵਧੀਆ ਲੱਗਦੀਆਂ ਨੇ। ਬਸ ਮਤਲਬ ਅਸੀਂ ਅਸਲ 'ਚ ਬਾਬੇ, ਅਸੀਂ ਸਾਰੇ ਪਿੰਡ ਦੇ ਉੱਤੇ ਜੱਬ ਗਲਬਾ ਪਾ ਕੇ ਰੱਖਣਾ ਚਾਹੁੰਦੇ ਹਾਂ। ਹਰ ਬੰਦਾ ਚਾਹੁੰਦਾ ਵੀ ਮੇਰਾ ਭਾਰ ਪਿਆ ਰਹੇ ਬੰਦੇ ਦੇ ਦਿਮਾਗ 'ਤੇ, ਸਾਰੇ ਪਿੰਡ 'ਤੇ ਮੇਰਾ ਭਾਰ ਪਿਆ ਰਹੇ, ਸਾਰਾ ਪਿੰਡ ਇਹ ਕਵੇ ਵੀ ਇਹ ਸਾਡੇ ਪਿੰਡ ਦਾ ਬਾਬਾ ਜੀ ਹੈ, ਠੀਕ ਹੈ। ਹਰ ਬੰਦਾ ਬਾਬਾ ਜੀ ਕਵੇ, ਸਤਿਕਾਰ ਦੇਵੇ, ਤੇ ਮੈਂ ਵਿਹਲਾ ਵੀ ਰਵਾਂ, ਵਿਹਲੀਆਂ ਖਾਈ ਜਾਵਾਂ, ਸਾਰਾ ਦਿਨ ਮਾਰੀਏ ਘਰਾੜੇ ਕਰਕੇ ਡਾਲੀ ਇਕੱਠੀ, ਪੰਜ ਸੱਤ ਕਿਲੋ ਦੁੱਧ ਆ ਗਿਆ, ਟੌਰ ਨਾਲ ਰਿੜਕੀਏ, ਦਹੀਂ ਜੰਮੇ, ਘਿਓ ਇਕੱਠਾ ਕਰੀਏ, ਤੇ ਨਾਲੇ ਟੌਰ ਫੁੱਲ ਬਣੀ ਰਵੇ। ਹਰ ਬੰਦਾ ਐਂ ਸੋਚਦਾ, ਥੱਲੇ ਆਉਣ ਨੂੰ ਕੌਣ ਤਿਆਰ ਹੈ, ਨੀਵਾਂ ਉਤਰਨ ਤੋਂ ਕੌਣ ਤਿਆਰ ਹੈ? ਸਾਡਾ ਸਤਿਕਾਰ ਘਟ ਗਿਆ, ਕੀ ਗੱਲ ਕੀ ਸਮਝਣ ਲੱਗ ਗਏ ਹੁਣ ਵੀ ਸਾਡੇ ਵਰਗਾ ਬੰਦਾ ਹੀ ਹੈ? ਇਹ ਸਮਝਣ ਲੱਗ ਗਏ ਹੋਣਗੇ ਪਿੰਡਾਂ 'ਚ ਵੀ ਸਾਡੇ ਵਰਗਾ ਭਾਈ ਹੈ, ਬਸ ਅਸੀਂ ਆਹ ਕੰਮ ਕਰਦੇ ਹਾਂ, ਇਹ ਪਾਠ ਵਾਲਾ ਕੰਮ ਕਰਦਾ। ਗ੍ਰੰਥੀਆਂ ਨੂੰ ਇਹ ਸਮਝਣ ਲੱਗ ਗਏ ਹੋਣਗੇ ਵੀ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਹਾਂ, ਇਹ ਬਾਣੀ ਪੜ੍ਹਨ ਵਾਲਾ ਕੰਮ ਕਰਦਾ, ਇਹਦਾ ਕਿੱਤਾ ਇਹ ਹੈ ਤੇ ਸਾਡਾ ਕਿੱਤਾ ਇਹ ਹੈ, ਇਹ ਸਮਝਣ ਲੱਗ ਗਏ ਹੋਣਗੇ। ਕਹਿੰਦੇ ਨਹੀਂ, ਐਂ ਨਾ ਸਮਝਣ, ਅਗਲਾ ਕਵੇ ਵੀ ਤੇਰਾ ਕਿੱਤਾ ਬਾਹਲਾ ਵਧੀਆ, ਸਾਡਾ ਕਿੱਤਾ ਤਾਂ ਐਵੇਂ ਹੀ ਹੈ, ਪਿੰਡਾਂ ਵਾਲੇ ਐਂ ਸਮਝਣ। ਹੁਣ ਸਮਝਦਾ ਕਿਵੇਂ ਹੈ? ਸਟੇਜਾਂ ਦੇ ਉੱਤੇ ਗੱਲ ਹੁੰਦੀ ਵੀ ਇਹ ਵੀ ਹੈ, ਉਦੋਂ ਅਹਿਮਦਗੜ੍ਹ ਨਾਲ ਗੱਲ ਕਰਦੇ ਸੀ ਆਪਾਂ ਏਦਾਂ। ਹੁਣ ਆਮ ਬੰਦਾ ਗੁਰਦੁਆਰੇ ਮੱਥਾ ਟੇਕਣ ਜਾਂਦਾ, ਬਾਬਿਆਂ ਦੇ ਦੀਵਾਨਾਂ 'ਚ ਜਾਂਦਾ, ਠੀਕ ਹੈ ਨਾ, ਸੁਣਿਓ ਧਿਆਨ ਨਾਲ ਗੱਲ। ਉਹਨੂੰ ਪਤਾ ਹੈ ਵੀ ਜਿਹੜੇ ਮੇਰੇ ਅੱਗੇ ਬੈਠੇ ਨੇ ਬੰਦੇ ਅੱਗੇ ਆਏ ਹੈ, ਇਹ ਜਿਹੜੇ ਨੇ ਇਹ ਰੋਜ਼ ਸਤਸੰਗ ਵਿੱਚ ਜਾ ਨਹੀਂ ਸਕਦੇ, ਪਰ ਮੇਰਾ ਕੰਮ ਕੀ ਹੈ? ਸਵੇਰੇ ਸ਼ਾਮ ਸਤਸੰਗ ਕਰਨਾ, ਗੁਰਦੁਆਰੇ 'ਚ ਰਹਿਣਾ, ਇਹ ਤੇ ਰੋਜ਼ ਆ ਹੀ ਨਹੀਂ ਸਕਦੇ, ਕਿਉਂਕਿ ਕਿਸੇ ਨੇ ਕੋਈ ਕੰਮ ਕਰਨਾ, ਕਿਸੇ ਨੇ ਕੋਈ ਕਰਮ ਕਰਨਾ। ਖੇਤੀਬਾੜੀ ਵਾਲੇ ਬੰਦੇ ਆ, ਸਾਰਾ ਦਿਨ ਬਾਹਰ ਰਹਿੰਦੇ ਆ, ਉਹ ਪਤਾ ਕੀ ਕਹਿੰਦਾ? ਜਿਹੜੇ ਸਤਸੰਗ ਨਹੀਂ ਕਰਦੇ ਉਹ ਪਾਪੀ ਨੇ, ਰੋਜ਼ ਸਤਸੰਗ ਵਿੱਚ ਆਇਆ ਕਰੋ, ਰੋਜ਼ ਗੁਰਦੁਆਰੇ ਆਇਆ ਕਰੋ, ਜਿਹੜੇ ਰੋਜ਼ ਗੁਰਦੁਆਰੇ ਹਾਜ਼ਰੀ ਨਹੀਂ ਭਰਦੇ ਉਹ ਪਾਪੀ ਨੇ, ਉਹ ਐਵੇਂ ਹੀ ਨੇ, ਜਿਹੜੇ ਰੋਜ਼ ਆਉਂਦੇ ਨੇ ਅਸਲ ਗੁਰੂ ਦੇ ਸਿੱਖ ਉਹ ਨੇ, ਠੀਕ ਹੈ, ਠੀਕ ਹੈ ਨਾ। ਹੁਣ ਜਿਹੜੇ ਅੱਗੇ ਬੈਠੇ ਹੁੰਦੇ ਆ ਬੰਦੇ ਗੁਰਦੁਆਰਿਆਂ 'ਚ, ਬਾਬਿਆਂ ਦੇ ਦੀਵਾਨਾਂ 'ਚ, ਹੁਣ ਇਹ ਦੱਸੋ ਵੀ ਰੋਜ਼ ਗੁਰਦੁਆਰੇ ਕੌਣ ਰਹਿੰਦਾ? ਮੈਂ, ਗ੍ਰੰਥੀ ਰਹਿੰਦੇ ਨੇ, ਉਹ ਲੋਕ ਤੇ ਰਹਿੰਦੇ ਨੇ ਗੁਰਦੁਆਰਿਆਂ 'ਚ। ਇਹਨਾਂ ਨੇ ਹੁਣ ਗੇਮ ਕਿਹੜੀ ਖੇਡੀ ਜਿਹਦੇ ਵਿੱਚ ਆਪ ਪਾਸ ਹੋਣਗੇ? ਇਸ ਗੱਲ ਵਿੱਚ ਜਿੱਤੂ ਕੌਣ ਭਲਾ? ਗੁਰਦੁਆਰੇ ਵਾਲਾ, ਗ੍ਰੰਥੀ, ਬਾਬਾ ਪ੍ਰਚਾਰਕ ਜਿੱਤ ਜਾਣਾ। ਕਿਉਂ? ਕਿਉਂਕਿ ਉਹ ਰੋਜ਼ ਗੁਰਦੁਆਰੇ ਰਹਿੰਦਾ, ਰੋਜ਼ ਸਤਸੰਗ ਕਰਦਾ। ਆਮ ਲੋਕ ਰੋਜ਼ ਗੁਰਦੁਆਰੇ ਆ ਨਹੀਂ ਸਕਦੇ ਤੇ ਨਾ ਰੋਜ਼ ਸਤਸੰਗ ਕਰਦੇ ਨੇ, ਫਿਰ ਗੇਮ ਕੌਣ ਜਿੱਤ ਗਿਆ? ਸਟੇਜ ਵਾਲਾ ਜਿੱਤੇ ਗਿਆ, ਹਾਰ ਅੱਗੇ ਬੈਠਾ ਗਿਆ। ਇੱਕ 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 ਗੇਮ ਪਾਤੀ, ਹੁਣ ਦੂਜੀ ਖੇਡ ਖੇਡਦਾ। ਜਿਹੜੇ ਭਾਈ ਬਾਣੇ ਦੇ ਧਾਰਨੀ ਨਹੀਂ ਉਹ ਪਾਪੀ ਲੋਕ ਨੇ। ਆਹ ਵੇਖੋ ਉੱਪਰ ਦੀ ਕਿਰਪਾਨ ਪਾਈ ਹੈ, ਆ ਜਿਹੜੇ ਤੁਸੀਂ ਸ੍ਰੀ ਸਾਹਿਬਾਂ ਨਹੀਂ ਪਾਉਂਦੀਆਂ, ਵੱਡੇ ਪੈਂਟ ਕੋਟ ਟਾਈਆਂ ਲਈ ਫਿਰਦੇ ਆ ਤੁਸੀਂ, ਇਹ ਕੋਈ ਗੱਲ ਹੈ?
असल सिखी यह है हुण पेंट कोट वाला जिहड़ा कोट पावे बहुत घट बंदे ने जिहड़े कोट दे उपर दी कृपान पा सकते हैं। ठीक है, पेंट कोट उत्तों दी कृपान पाउणी औखी है पर चोला जिहड़ा है इह कृपान बिना सोहना नहीं लगता, फबदा नहीं। उहने कुर्ता पजामा पाउणा है, कुर्ता पजामा पाउंदा है, सोहना की लगता है, कृपान गात्रा। हुण इहने गेम दूजी खेड ली, दूजा दूजी जदों गेम खेडी उहदे विच अगे वाले की बन गए जीरो, ते इह दूजी वारी की बन गया हीरो, क्योंकि इह गात्रा कृपान इहनूं ते पाउणा ही पैणा है, रोज पाउंदा है, पक्का पाउणा पैणा है। इहने फिर की करता, अपने आप नूं महान बना लिया, थल्ले बैठे जीरो करते, उह हुण पेंट कोट दे नाल पा नहीं सकते। ਇਦਾਂ ਹੀ ਹੋਣਾ ਨਾ, ਹੁਣ ਅਗਲਾ ਅਚਕਨ ਪਾ ਕੇ ਵਿਆਹ ਕਰਾਉਣ ਚੱਲਿਆ ਜਾਂ ਹੋਰ, ਉਹ ਰੋਜ਼ ਹੋਣਾ ਨਹੀਂ। ਇਹ ਕੀ ਕਰ ਗਿਆ, ਆਪਣੇ ਆਪ ਨੂੰ ਹੀਰੋ, ਥੱਲੇ ਵਾਲੇ ਜੀਰੋ ਕਰਤੇ, ਉਹ ਹੋਰ ਥੱਲੇ। ਅੱਛਾ, ਇੱਕ ਪਹਿਲਾਂ ਅਸੀਂ ਸਤਸੰਗ ਰੋਜ਼ ਜ਼ਰੂਰੀ ਗੁਰਦੁਆਰੇ, ਉਹ ਇੱਥੇ ਆ ਗਿਆ। ਜਦੋਂ ਇਹਨੇ ਦੂਜੀ ਗੱਲ ਕੀਤੀ ਉਹ ਹੋਰ ਥੱਲੇ ਆ ਗਿਆ, ਮਤਲਬ ਹੋਰ ਡਾਊਨ ਕਰਤਾ। ਦੋ ਗੱਲਾਂ ਹੋ ਗਈਆਂ। ਤੀਜੀ ਗੱਲ ਕਹਿਣੀ ਹੈ, ਇਹਨੂੰ ਪਤਾ ਵੀ ਉਹ ਗੇਮ ਪਾਓ। ਹੁਣ ਮੈਂ ਸਵੇਰੇ ਉੱਠਦਾ ਹੀ ਹਾਂ ਰੋਜ਼, ਇਹ ਕਹਿੰਦਾ ਅੰਮ੍ਰਿਤ ਵੇਲੇ ਜਿਹੜੇ ਨਹੀਂ ਉੱਠਦੇ ਉਹ ਪਾਪੀ। ਜਿਹੜਾ 3 ਵਜੇ ਉੱਠਦਾ ਹੀਰੇ ਦਾਨ ਕਰਦਾ, 4 ਵਜੇ ਉੱਠਦਾ ਸੋਨਾ ਦਾਨ ਕਰਦਾ, 5 ਵਜੇ ਉੱਠਦਾ ਚਾਂਦੀ ਦਾਨ ਕਰਦਾ, ਜਿਹੜਾ 6 ਵਜੇ ਉੱਠਦਾ ਲੋਹਾ ਦਾਨ ਕਰਦਾ, ਇੰਨਾ ਫਲ ਮਿਲਦਾ ਕਹਿੰਦਾ। ਹੁਣ ਇਹਨੂੰ ਪਤਾ ਵੀ 3 ਵਜੇ ਮੈਨੂੰ ਉੱਠਣਾ ਪੈਂਦਾ, 4 ਵਜੇ ਮੈਂ ਸਪੀਕਰ ਬੋਲਣਾ ਪੈਂਦਾ, ਮੇਰਾ ਤੇ ਕੰਮ ਹੈ। ਇਹਨੇ ਬਾਲ ਹੋਰ ਖੇਡ, ਗੇਮ ਹੋਰ ਪਾਤੀ। ਹੁਣ ਇਹਦੇ ਵਿੱਚ ਆਮ ਲੋਕ ਜਿਹੜੇ ਨੇ, ਕੋਈ 12 ਵਜੇ ਸੁੱਤਾ, ਕੋਈ 2 ਵਜੇ ਸੁੱਤਾ, ਕੋਈ 3 ਵਜੇ ਕੰਮ ਤੋਂ ਆਇਆ, ਉਹ ਸਾਰਿਆਂ ਨੂੰ ਕਹਿੰਦਾ ਬਾਕੀ ਪਾਪੀ ਨੇ ਜਿਹੜੇ ਅੰਮ੍ਰਿਤ ਵੇਲੇ ਨਹੀਂ ਉੱਠਦੇ। ਹੁਣ ਇਹਦੇ 'ਚ ਕੌਣ ਜਿੱਤਿਆ? ਫਿਰ ਸਟੇਜ ਵਾਲਾ ਜਿੱਤ ਗਿਆ। ਹਾਰ ਕੌਣ ਗਏ? ਅੱਗੇ ਬੈਠੇ। ਦਿਮਾਗ 'ਚ ਉਹਨਾਂ ਦੇ ਕੀ ਆਈ ਜਾਣਾ, ਅਸੀਂ ਤੇ ਪਾਪੀ ਹਾਂ, ਅਸੀਂ ਤੇ ਐਵੇਂ ਹੀ ਹਾਂ। ਸਟੇਜ ਵਾਲਾ ਫਿਰ ਜਿੱਤ ਗਿਆ, ਥੱਲੇ ਵਾਲੇ ਫਿਰ ਸਾਰੇ ਹਾਰ ਗਏ। ਗੇਮ ਇਹਨੇ ਫਿਰ ਉਹ ਪਾਤੀ, ਡਾਊਨ ਕਰਕੇ ਭੇਜ ਕੇ ਘਰ ਨੂੰ ਹੋਰ ਅੱਗੇ। ਇਹਨੇ ਕਹਿਤਾ ਜਿਹੜੀ ਬੀਬੀਆਂ ਦਸਤਾਰਾਂ ਨਹੀਂ ਬੰਨਦੀਆਂ, ਪੱਗ ਨਹੀਂ ਬੰਨਦੀਆਂ, ਗੁਰਸਿੱਖ ਨੇ ਕੋਈ ਐਵੇਂ ਤੁਸੀਂ ਲਾਈ ਪਾਈ ਜਾਂਦੀ ਹੈ। ਹੁਣ ਭਾਈ ਦੇ ਘਰ ਵਾਲੀ ਮੇਕਅਪ ਬਹੁਤਾ ਕਰੇ ਤੇ ਸੋਹਣੀ ਨਹੀਂ ਲੱਗਣੀ, ਇਹਨੂੰ ਪਤਾ ਵੀ ਲੋੜ ਹੈ ਮੈਨੂੰ। ਉਹ ਪੱਗ ਪੁੱਗ ਬੰਨੇ, ਦਸਤਾਰ ਸਜਾਵੇ, ਉਹ ਸੰਗਤ ਵਿੱਚ ਬੈਠੀ ਹੈ, ਆਪਣੀ ਵੀ ਟੌਹਰ ਬਣਾ ਗਿਆ, ਉਹਦੀ ਵੀ ਬਣਾ ਗਿਆ, ਸਾਰੀਆਂ ਬੀਬੀਆਂ ਨੂੰ ਵੀ ਥੱਲੇ ਨੂੰ ਕਰ ਗਿਆ, ਨੈਗੇਟਿਵ ਕਰਤਾ, ਹਾਰ ਗਏ, ਅੱਗੇ ਵਾਲੇ ਵੀ ਹਾਰ ਗਏ, ਮੂੰਹ ਜੇ ਬਣਾ ਕੇ ਘਰ ਨੂੰ ਆ ਜਾਣਗੇ ਵੀ ਅਸਲ ਬਾਬਾ ਜੀ ਤੇ ਆਹੀ ਹੈ, ਬਾਕੀ ਤੇ ਅਸੀਂ ਤੇ ਪਾਪੀ ਤੁਰੇ ਫਿਰਦੇ ਹਾਂ। ਕਿਉਂਕਿ ਇਹ ਗੇਮ ਹੀ ਉਹ ਖੇਡਦਾ ਜਿਹਦੇ ਜਿੱਤਦਾ ਆਪ ਹੈ। ਤਰੀਕਾ ਹੈ ਨਾ ਕਿੱਡਾ ਕਮਾਲ ਦਾ। ਹੁਣ ਇੱਕ ਗੱਲ ਵੇਖੋ, ਗੁਰਦੁਆਰੇ ਗਿਆਂ ਵਿੱਚ ਕੌਨਫੀਡੈਂਸ ਭਰਨਾ ਸੀ ਕਿ ਡਾਊਨ ਕਰਨੇ ਸੀ ਬੰਦੇ, ਕੌਨਫੀਡੈਂਸ ਭਰਨਾ ਸੀ, ਤੇ ਦਿਮਾਗ 'ਚ ਕੀ ਕਰਕੇ ਭੇਜਤਾ? ਪਾਪੀ। ਤੇ ਜੇ ਹੁਣ ਇਹ ਗੇਮ ਐ ਪਾ ਦਿੰਦਾ, ਜਿਹੜਾ ਬੰਦਾ 8-10 ਘੰਟੇ ਡਿਊਟੀ ਕਰਦਾ ਉਹਦੇ ਵਰਗਾ ਕੋਈ ਨਹੀਂ ਹੋ ਸਕਦਾ। ਕਰਮ ਧਰਮ ਹੈ, ਠੀਕ ਹੈ, ਉਹ ਸਾਰੇ 8-8 ਘੰਟੇ ਕੰਮ ਤੇ ਜਾਂਦੇ ਨੇ। ਇਹ ਸਟੇਜ ਵਾਲਾ ਜਿਹੜਾ ਇਹ ਸਵੇਰੇ ਘੰਟਾ ਨਿਤਨੇਮ ਕਰਦਾ, ਸ਼ਾਮ ਨੂੰ ਘੰਟਾ ਨਿਤਨੇਮ ਕਰਦਾ, ਸਾਰਾ ਦਿਨ ਵਿਹਲਾ, ਇਹਦੇ 'ਚ ਇਹਨੇ ਹਾਰ ਜਾਣਾ ਸੀ। ਇਹਨੂੰ ਪਤਾ ਵੀ ਇੱਥੇ ਮੈਂ ਹਾਰੂ, ਇਹ ਗੇਮ ਹੀ ਉਹ ਖੇਡਦਾ। ਇਹਨੂੰ ਪਤਾ ਵੀ 8 ਘੰਟੇ 'ਚ ਕੰਮ ਦਾ ਕਹਿਤਾ, ਫਿਰ ਅਗਲਿਆਂ ਨੇ ਜਿੱਤ ਜਾਣਾ ਜਿਹੜੇ ਮੇਰੇ ਅੱਗੇ ਬੈਠੇ ਹੈ, ਤੇ ਸਟੇਜ ਵਾਲਿਆਂ ਨੇ ਹਾਰ ਜਾਣਾ। ਸਮਝਦੇ ਹੋ ਗੱਲ? ਮਿਹਨਤ ਕਰਨੀ ਕਰਮ ਧਰਮ ਹੈ। ਜਿਹੜਾ ਕੰਮ ਕਰਦਾ ਉਹਨੂੰ ਇੱਦਾਂ ਕਰ ਜਿਵੇਂ ਗੁਰਦੁਆਰੇ ਸੇਵਾ ਕਰੀਦੀ ਹੈ, ਕੰਮ ਤੇ ਐ ਜਾਇਆ ਕਰ ਜਿਵੇਂ ਗੁਰਦੁਆਰੇ ਜਾਈਦਾ। ਫਿਰ ਜਿੱਤਣਾ ਕਿੰਨੇ ਸੀ? ਲੋਕਾਂ ਨੇ ਜਿੱਤ ਜਾਣਾ ਸੀ, ਬਾਕੀ ਸਾਰੇ ਕੰਮ ਕਰਦੇ ਆ, ਇਹ ਸਾਰੇ ਵਿਹਲੜ ਨੇ, ਇਹ ਸਾਰੀ ਜਮਾਤ। ਹੁਣ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਵੀ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ, ਫਰਜ਼ਾਂ ਤੋਂ ਭਗੌੜਾ ਬੰਦਾ ਕਦੇ ਸ਼ਾਂਤ ਨਹੀਂ ਹੋ ਸਕਦਾ, ਆਪਾਂ ਜਿਹੜੀਆਂ ਗੱਲਾਂ ਕਰਦੇ ਹਾਂ। ਹੁਣ ਜਦੋਂ ਕਰਮ ਧਰਮ ਬਣਨ ਲੱਗ ਗਿਆ ਦੁਨੀਆ 'ਚ, ਇਹ ਗੱਲ ਪ੍ਰਚਲਿਤ ਹੋ ਗਈ, ਇਹ ਸਾਰਿਆਂ ਨੂੰ ਆਪਣੇ ਆਪ ਹੀ ਡਾਊਨ ਹੋ ਜਾਣਾ ਹੈ, ਤੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਆਪਣੇ ਆਪ 'ਚ ਕੌਨਫੀਡੈਂਸ ਆ ਜਾਣਾ ਵੀ ਅਸੀਂ ਐਵੇਂ ਹੀ ਨਹੀਂ 10 ਘੰਟੇ ਕੰਮ ਕਰਦੇ ਹਾਂ, ਅਸੀਂ ਐਵੇਂ ਹੀ ਨਹੀਂ, ਅਸੀਂ ਜੌਬ ਕਰਦੇ ਹਾਂ, ਅਸੀਂ ਬੱਚੇ ਪੜ੍ਹਾ ਰਹੇ ਹਾਂ, ਕੋਈ ਡਾਕਟਰ ਹੈ, ਕੋਈ ਵਕੀਲ ਹੈ, ਕੋਈ ਜੱਜ ਹੈ, ਆਪਣੇ ਕੰਮ ਵਿੱਚ ਸਹੀ ਹਾਂ ਅਸੀਂ, ਕੌਨਫੀਡੈਂਸ ਭਰ ਜਾਣਾ। ਇਹ ਹਾਰੀ ਜਾਣੇ ਨੇ, ਕੰਮ ਕਰਨ ਵਾਲਿਆਂ ਨੇ ਜਿੱਤ ਜਾਣਾ, ਤੇ ਪੰਗਾ ਆ ਪੈ ਗਿਆ। ਹੁਣ ਪਹਿਲਾਂ ਇਹ ਜਿੱਤ ਰਹੇ ਸੀ ਪੁਜਾਰੀ ਸਾਡੇ ਵਰਗੇ ਬਾਬੇ ਗ੍ਰੰਥੀ ਭਾਈ, ਅਸੀਂ ਜਿੱਤ ਰਹੇ ਸੀ, ਸਾਰੀ ਦੁਨੀਆ ਹਾਰ ਰਹੀ ਸੀ। ਹੁਣ ਲੋਕ ਕੰਮ ਕਰਨ ਵਾਲੇ ਜਿੱਤ ਰਹੇ ਹੈ ਤੇ ਸਾਡੇ ਵਰਗੇ ਬੰਦੇ ਹਾਰ ਰਹੇ ਹੈ।
ਤਾਂ ਇਹ ਗੱਲਾਂ ਕਰਦੇ ਆ ਵੀ ਸਾਡਾ ਸਤਕਾਰ ਘਟ ਗਿਆ ਵੀ ਘਟੇਗਾ ਹੀ ਹੁਣ ਕਿੰਨੇ ਕੁ ਸਾਲ ਕਰਾਉਣਾ 500 ਸਾਲ ਕਰਾ ਲਿਆ ਬਾਬੇ ਨਾਨਕ ਤੋਂ ਬਾਅਦ ਥੋੜਾ ਹੁਣ ਛੱਡ ਦਿਓ ਗੱਦੀਆਂ ਪਿੱਪਲ ਦੇ ਪੱਤਿਆਂ ਕੋ ਫੜ ਫੜ ਲਾਈਏ ਝੜ ਕੇ ਪੁਰਾਣੇ ਰੁੱਤ ਨਵਿਆਂ ਦੀ ਆਈ ਹੈ ਆਉਣ ਦੇ ਨਵੇਂ ਤੈਨੂੰ ਅੱਗ ਲੱਗਦੀ ਹੈ ਹੁਣ ਤੂੰ ਨਵਿਆਂ ਨੂੰ ਆਉਣ ਦੇ ਉਹਨਾਂ ਦਾ ਸਤਕਾਰ ਵੀ ਹੋ ਲੈਣ ਦੇ ਖੇਤੀ ਵਾਲੇ ਦਾ ਵੀ ਹੋ ਲੈਣ ਦੇ ਮਾੜਾ ਜਿਹਾ ਨਾਲੀਆਂ ਸਾਫ਼ ਕਰਨ ਵਾਲੇ ਦਾ ਵੀ ਹੋ ਲੈਣ ਦੇ ਮਰ ਜਾ ਇਕੱਲਾ ਹੀ ਖਾਈ ਜਾਂਦਾ ਕਿਸੇ ਪੜ੍ਹਾਈ ਵਾਲੇ ਦਾ ਵੀ ਹੋ ਲੈਣ ਦੇ ਸਾਰੀ ਜ਼ਿੰਦਗੀ ਖੇਤ ਘਰਾਂ 'ਚ ਕੰਮ ਕਰਨ ਵਾਲੀ ਕਿਸੇ ਭੈਣ ਬੀਬੀ ਦਾ ਵੀ ਸਤਕਾਰ ਹੋ ਲੈਣ ਦੇ ਉਹ ਐਡਾ ਵੱਡਾ ਬੈਗ ਚੁੱਕ ਕੇ ਤੁਰਿਆ ਜਾਂਦਾ ਜਿਹੜਾ ਪੜ੍ਹਨ ਨਹੀਂ ਉਹਦਾ ਵੀ ਹੋ ਲੈਣ ਦੇ ਸਾਰਿਆਂ ਦਾ ਸਤਕਾਰ ਬਾਬਾ ਜੀ ਤੂੰ ਇਕੱਲੇ ਹੀ ਪਿੰਡ 'ਚ ਬਾਬਾ ਜੀ ਤੇਰੇ ਨਾਲ ਵਾਲੀ ਲੱਗਦਾ ਬਾਕੀਆਂ ਨਾਲ ਵੀ ਲੱਗ ਲੈਣ ਦੇ ਬਾਕੀਆਂ ਦਾ ਸਤਿਕਾਰ ਵੀ ਹੋ ਲੈਣ ਦੇ ਇਕੱਲੇ ਹੀ ਖਾਈ ਜਾਂਦਾ ਸਾਰਿਆਂ ਦੱਸੋ ਮੈਨੂੰ ਦੱਸ ਦਿਓ ਯਾਰ ਬਾਬਾ ਜੀ ਗੁਰਦੁਆਰੇ ਦਾ ਗ੍ਰੰਥੀ ਕੀ ਜੀ ਪਿੰਡ 'ਚ ਹੋਰਾਂ ਨਾਲ ਵੀ ਲੱਗਦਾ ਉਹਦੇ ਨਾਲ ਉਸ ਪਿੰਡ ਦਾ ਵੱਡੇ ਤੋਂ ਵੱਡਾ ਸਰਦਾਰ ਜੀ ਉਹਨੂੰ ਜਾ ਕੇ ਬਾਬਾ ਜੀ ਕਹਿੰਦਾ ਹੈ ਕਿ ਨਹੀਂ ਤੇ ਕਿਹਦੇ ਕਰਕੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਕਰਕੇ ਗੁਰਬਾਣੀ ਕਰਕੇ ਜਿੱਦੇ ਅਗਲੇ ਆਪ ਪੜ੍ਹਨ ਲੱਗ ਗਏ ਕੰਮ ਤੇ ਮੈਂ ਵੀ ਘਰੇ ਵੀ ਉਹੀ ਕਰਦਾ ਹੁਣ ਤਾਂ ਹੀ ਤੇ ਕਹਿੰਦੇ ਨੇ ਵੀ ਸਹਿਜ ਪਾਠ ਕਰਾਓ ਅਖੰਡ ਪਾਠ ਕਰਾਓ ਅਸੀਂ ਕਰਾਂਗੇ ਹੁਣ ਲੋਕੀ ਕਹਿੰਦੇ ਅਸੀਂ ਆਪੇ ਕਰ ਲਾਂਗੇ ਬੱਚੇ ਦੇ ਜਨਮ ਦੇਣਾ ਆਪੇ ਸਹਿਜ ਪਾਠ ਕਰ ਲਾਂਗੇ ਸਾਲ 'ਚ ਭੋਗ ਪਾ ਲਾਂਗੇ ਚੱਲਦੀ ਨਾ ਲਹਿਰ ਮੈਂ ਵੀਰੋ ਭਰਾਵੋ ਭੈਣੋ ਜਿੰਨੇ ਘਰਾਂ 'ਚ ਬਹਿ ਕੇ ਸੁਣਦੇ ਆ ਚੇਤਾ ਰੱਖਿਓ ਇਹ ਗੱਲ ਮੇਰੇ ਫਾਇਦੇ ਦੀ ਹੈ ਸਾਡੇ ਆਪ ਚੂਲਿਆਂ ਵਾਲਿਆਂ ਦੇ ਫਾਇਦੇ ਦੀ ਹੈ ਕਿ ਪੈਂਟਾਂ ਵਾਲਿਆਂ ਦੇ ਫਾਇਦੇ ਦੀ ਕਰ ਰਿਹਾ ਤੁਹਾਡੇ ਬੱਚਿਆਂ ਦੀ ਜਾਂ ਭੈਣਾਂ ਦੇ ਫਾਇਦੇ ਦੀ ਕਰ ਰਿਹਾ ਕਿ ਸਾਡੀਆਂ ਘਰ ਵਾਲੀਆਂ ਦੇ ਫਾਇਦੇ ਦੀ ਕਰਦੇ ਆ ਹਰ ਔਰਤ ਦੇ ਫਾਇਦੇ ਦੀ ਗੱਲ ਹੈ ਨੁਕਸਾਨ ਇਹਦੇ 'ਚ ਸਾਡਾ ਹੈ ਕਿ ਆਮ ਲੋਕਾਂ ਦਾ ਸਾਡਾ ਹੈ ਆਪਣੇ ਨੁਕਸਾਨ ਕਰਾ ਕੇ ਆਪਣੇ ਲਾਣੇ ਦੀ ਗੱਲ ਕਰਕੇ ਲੋਕਾਂ ਨੂੰ ਵਿੱਚ ਕੌਨਫੀਡੈਂਸ ਭਰਨਾ ਪੈਣਾ ਆਪਣੇ ਆਪ ਨੂੰ ਨੀਚਾ ਦਿਖਾ ਕੇ ਤੁਹਾਨੂੰ ਉੱਚੇ ਕਰ ਰਿਹਾ ਆਪਣੇ ਆਪ ਨੂੰ ਥੱਲੇ ਸਿੱਟ ਕੇ ਆਮ ਲੋਕਾਂ ਨੂੰ ਉੱਚੇ ਚੁੱਕਣ ਦੀ ਕੋਸ਼ਿਸ਼ ਕਰਦਾ ਜੇ ਮੈਂ ਚੋਲੇ ਦੀ ਗੱਲ ਕੀਤੀ ਤੇ ਚੋਲਾ ਮੇਰਾ ਵੀ ਥੱਲੇ ਜਾਣਾ ਜੇ ਬਾਣੇ ਦੀ ਗੱਲ ਕੀਤੀ ਤੇ ਆਪਣੇ ਆਪ ਨੂੰ ਆਪਣੇ ਆਪ ਨੂੰ ਵੀ ਕਹੀਦਾ ਇਹ ਥੋੜਾ ਕਿਤੇ ਸਾਡੇ ਵਾਲਾ ਅਸੀਂ ਬੜੇ ਮਹਾਨ ਹਾਂ ਸਮਝਦੇ ਹੋ ਗੱਲ ਜੇ ਕਹਿੰਦੇ ਆ ਵੀ ਸਤਿਕਾਰ ਸਭ ਦਾ ਹੋਵੇ ਫਿਰ ਸਾਡਾ ਵੀ ਬਰਾਬਰ ਆਉਣਾ ਅਸੀਂ ਨਹੀਂ ਰੱਬ ਬਣ ਜਾਣਾ ਫਿਰ ਉੱਥੇ ਇਹ ਨੁਕਤਾ ਸਮਝਣਾ ਪੈਣਾ ਇਹ ਫਾਇਦੇ ਦੀ ਗੱਲ ਸੀ ਸਾਰੇ ਤਾਂ ਹੀ ਤੇ ਪਿੱਟ ਸਿਆਪਾ ਪਾਉਂਦੇ ਨੇ ਸੁਣੋ ਨਾ ਗ੍ਰੰਥੀ ਨਹੀਂ ਕਹਿੰਦਾ ਸੁਣੋ ਨਾ ਹੈਗਾ ਤੇ ਗ੍ਰੰਥੀ ਵੀ ਹੈ ਯਾਰ ਬੜੇ ਫਿਰਦੇ ਜਿੱਦਾਂ ਗ੍ਰੰਥੀ ਹੈ ਹੁਣ ਤਾਂ ਗ੍ਰੰਥੀਆਂ ਦੀਆਂ ਡਿਊਟੀਆਂ ਕਰਦੇ ਕਰਦਾ ਰੌਲਾ ਤੋਂ ਸ਼ੁਰੂ ਕੀਤੀ ਹੋਣੀ ਹੈ ਰੌਲ ਲਈ ਫਿਰ ਹੌਲੀ ਹੌਲੀ ਪਾਠ ਸਿੱਖ ਲਿਆ ਫਿਰ ਸਿੱਖਦਿਆਂ ਸਿੱਖਦਿਆਂ ਮਾੜਾ ਮੋਟਾ ਪੜ੍ਹ ਲਿਆ ਫਿਰ ਹੌਲੀ ਹੌਲੀ ਗ੍ਰੰਥੀ ਲੱਗ ਗਿਆ ਫਿਰ ਵੱਡੇ ਗੁਰ ਇਤਿਹਾਸ ਗੁਰਦੁਆਰੇ ਤੇ ਲੱਗ ਗਿਆ ਫਿਰ ਚੱਕ ਕੇ ਅਗਲਿਆਂ ਨੇ ਪੜ੍ਹਿਆ ਜਿਹਦਾ ਠੋਕਤਾ ਹੈ ਕਿਤੇ ਗ੍ਰੰਥੀ ਸਾਡੀ ਸੋਚ ਹੀ ਹੈ ਇਸ ਲਾਈਨ 'ਚ ਹੈ ਤਾਂ ਹੀ ਤਾਂ ਕਹਿੰਦੇ ਆ ਵੀ ਸੁਣੋ ਨਾ ਸ਼ੇਅਰ ਨਾ ਕਰੋ ਕਿਉਂ ਕਿਉਂਕਿ ਜੇ ਇਹ ਸੁਣਿਆ ਇਹ ਸੁਣ ਸਮਝਿਆ ਤੇ ਆਮ ਲੋਕਾਂ ਦੇ ਵਿੱਚ ਜਾਗਰਤੀ ਆ ਜਾਣੀ ਹੈ ਆਮ ਲੋਕ ਜਾਗ ਪੈਣੇ ਨੇ ਪਿੱਟ ਸਿਆਪਾ ਤੇ ਇਸ ਗੱਲ ਦਾ ਆਉਂਦੀ ਗੱਲ ਪਕੜ ਤੇ ਜਦੋਂ ਇਹ ਨੁਕਤੇ ਸਮਝ ਆ ਜਾਂਦੇ ਨੇ ਫਿਰ ਅਸੀਂ ਸੁਖੀ ਵਸੇਂਦੇ ਆ ਫਿਰ ਆਉਂਦਾ ਵੀ ਨਜ਼ਾਰੇ ਚ ਰਹਿੰਦੇ ਆ ਹੁਣ ਸਮਝ ਆ ਗਈ ਫਿਰ ਆਪਣੇ ਆਪ ਨੂੰ ਐ ਲੱਗਦਾ ਅਸੀਂ ਐਵੇਂ ਹੀ ਥੋੜਾ ਹੈ ਤੂੰ ਵੀ ਕਮਾਲ ਦਾ ਪਰ ਅਸੀਂ ਵੀ ਘੱਟ ਤੂੰ ਵੀ ਵਧੀਆ ਪਾਇਲਟ ਨਾਲੀਆਂ ਸਾਫ਼ ਕਰਨ ਵਾਲਾ ਕਹਿੰਦਾ ਪਾਇਲਟ ਵੀ ਕਮਾਲ ਦਾ ਪਰ ਘੱਟ ਮੈਂ ਵੀ ਨਹੀਂ ਏਦਾਂ ਕਹਿੰਦਾ ਅਗਲਾ ਟਰੈਕਟਰ ਦਾ ਸਟੀਅਰਿੰਗ ਫੜਾ ਵਾਲਾ ਕਹਿੰਦਾ ਵੀ ਹੈਲੀਕਾਪਟਰ ਉਡਾਉਣ ਵਾਲਿਆ ਤੂੰ ਵੀ ਕਮਾਲ ਦਾ ਪਰ ਘੱਟ ਮੈਂ ਵੀ ਐਂ ਹੋ ਜਾਣਾ ਏਦਾਂ ਹੋ ਜਾਣਾ ਸਾਡੇ ਵਰਗੇ ਪ੍ਰਚਾਰਕ ਨੂੰ ਵੀ ਅਗਲਾ ਕਹਿ ਸਕਦਾ ਤੂੰ ਕਮਾਲ ਦਾ ਠੀਕ ਹੈ ਨਾ ਪਰ ਜਿੱਦੇ ਆਪਰੇਸ਼ਨ ਦੀ ਲੋੜ ਪਈ ਤੈਨੂੰ ਮੇਰੇ ਕੋਲ ਆਉਣਾ ਪੈਣਾ ਜਿਹਦੇ ਕਣਕ ਖਾਣੀ ਹੋਈ ਤੈਨੂੰ ਮੇਰੀ ਲੋੜ ਪੈਣੀ ਹੈ ਠੀਕ ਹੈ ਜਿਹਦੇ ਖੂਹੀ ਪਟਾਉਣੀ ਪਈ ਉਹਦੇ ਲੋੜ ਮੇਰੀ ਪੈਣੀ ਹੈ ਜਿਹਦੇ ਉਹ ਮਾਲੀ ਨੇ ਆ ਕੇ ਉਹ ਜਦੋਂ ਲੋੜ ਪਈ ਨਾ ਛਾਂਗਣ ਦੀ ਉਹਦੇ ਮੇਰੀ ਲੋੜ ਪੈਣੀ ਤੂੰ ਕਮਾਲਦਾ ਪਰ ਘੱਟ ਮੈਂ ਵੀ ਐ ਹੋਣਾ ਤੇਰਾ ਸਤਿਕਾਰ ਹੈ ਪਰ ਸਤਿਕਾਰ ਯੋਗ ਮੈਂ ਵੀ ਹਾਂ ਏਦਾਂ ਹੋਣਾ ਫਿਰ ਕੌਨਫੀਡੈਂਸ ਬਿਲਡ ਹੋ ਜਾਣਾ ਆਤਮ ਵਿਸ਼ਵਾਸ ਆ ਜਾਣਾ ਫਿਰ ਨਜ਼ਾਰਾ ਆਉਂਦਾ ਜ਼ਿੰਦਗੀ ਜਿਉਣ ਦਾ ਮਤਲਬ ਇਹ ਚੀਜ਼ਾਂ ਜਦੋਂ ਅਸੀਂ ਸਮਝਾਂਗੇ ਆਪਣੇ ਬੱਚਿਆਂ ਨੂੰ ਸਮਝਾਵਾਂਗੇ
हर चीज़ बंदा एक्टिव हो जाता।